ਰੋਜ਼ਾਨਾ ਲੋਕਨਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੁਝ ਵੱਡੀਆਂ ਤੇ ਅਹਿਮ ਖਬਰਾਂ ਤੇ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਦੇਸ਼ ਦੇ ਅੰਦਰ ਇੱਕ ਵਾਰ ਫਿਰ ਤੋਂ ਕਰੋਨਾ ਦੇ ਕਾਰਨ ਸਥਿਤੀ ਵਿਗੜਦੀ ਜਾ ਰਹੀ ਹੈ ਹਾਲਾਤ ਕਾਬੂ ਤੋਂ ਬਾਹਰ ਹੁੰਦੇ ਜਾ ਰਹੇ ਨੇ ਅੱਜ ਇਹ ਚ ਦੇਖਣਾ ਹੋਵੇਗਾ ਕਿ ਕਿਸਾਨ ਆंदोलਨ ਵੀ ਚੱਲ ਰਿਹਾ ਹੈ ਲੰਬੇ ਸਮੇਂ ਤੋਂ ਉਹਦਾ ਵੀ ਹੱਲ ਨਹੀਂ ਹੋਇਆ ਉੱਤੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਹੋਏ ਨਹੀਂ ਤਾਂ ਦੂਜੇ ਪਾਸੇ ਵਕ ਵਕ ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਤਾਂ ਦੇਖਣ ਦੀ ਗੱਲ ਹੈ ਕਿ ਕਰੋਨਾ ਦੀ ਵਿਗੜਦੀ ਸਥਿਤੀ ਦੇ ਕਾਰਨ ਅਜਿਹੇ ਦੇ ਵਿੱਚ ਪਾਰ ਸਰਕਾਰ ਦੇ ਵੱਲੋਂ ਕੀ ਐਕਸ਼ਨ ਲਿਆ ਜਾਂਦਾ ਹੈ ਤਾਂ ਦੂਜੇ ਪਾਸੇ ਗੱਲਬਾਤ ਕਰਾਂਗੇ ਕਿ ਸੁਪਰੀਮ ਕੋਰਟ ਦੇ ਵੱਲੋਂ ਹੁਣ ਚੋਣ ਕਮਿਸ਼ਨ ਦੀ ਸੁਤੰਤਰਤਾ ਤੇ ਸਵਾਲ ਚੁੱਕੇ ਗਏ ਨੇ ਕਿਉਂ ਇਹ ਸਵਾਲ ਚੁੱਕੇ ਗਏ ਸੁਪਰੀਮ ਕੋਰਟ ਦੇ ਵੱਲੋਂ ਇਸ ਤੇ ਵੀ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਤੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੇ ਵੱਲੋਂ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਦਿਲਚਸਪ ਗੱਲ ਇਹ ਹੈ ਕਿ ਇਹ ਜ਼ਿੰਮੇਵਾਰੀ ਨਿਭਾਉਂਦਿਆਂ ਨਵਜੋਤ ਸਿੱਧੂ ਨੂੰ ਕੰਮ ਕਰਨਾ ਪਵੇਗਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਧਰਾਂ ਕਿਸ ਤਰੀਕੇ ਦੇ ਨਾਲ ਇਹ ਮਿਲ ਕੇ ਕੰਮ ਕਰਨਗੇ ਕੀ ਉਹ ਜ਼ਿੰਮੇਵਾਰੀ ਸੌਂਪੀ ਗਈ ਹੈ ਕਾਂਗਰਸ ਸਾਈ ਕਮਾਂਡ ਦੇ ਵੱਲੋਂ ਨਵਜੋਤ ਸਿੱਧੂ ਇਹਨਾਂ ਪੂਰੀਆਂ ਖਬਰਾਂ ਤੇ ਵਿਚਾਰ ਚਰਚਾ ਕਰਾਂਗੇ ਤੇ ਵਿਚਾਰ ਚਰਚਾ ਲਈ ਮੇਰੇ ਨਾਲ ਮੌਜੂਦ ਰਹਿਣਗੇ ਸਾਡੇ ਸੀਨੀਅਰ ਸਹਾਇਕੀ ਪ੍ਰੋਫੈਸਰ ਪੀਐਸ ਭੋਗਲ ਸਾਹਿਬ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਭੋਗਲ ਸਾਹਿਬ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਸ਼ੁਰੂਆਤ ਆਪਾਂ ਕਰਾਂਗੇ ਸੁਪਰੀਮ ਕੋਰਟ ਦੀ ਖਬਰ ਤੋਂ ਸੁਪਰੀਮ ਕੋਰਟ ਨੇ ਜਿਸ ਤਰੀਕੇ ਦੇ ਨਾਲ ਜਿਹੜੀ ਸੁਤੰਤਰਤਾ ਤੇ ਸਵਾਲ ਚੁੱਕਿਆ ਚੋਣ ਕਮਿਸ਼ਨ ਦੀ ਇਸ ਤੇ ਕੀ ਲੋਡ ਪੈ ਗਈ ਸੀ ਇਹ ਸਵਾਲ ਚੁੱਕੜ ਦੀ ਤੇ ਆਖਰ ਵਜ੍ਹਾ ਕੀ ਹੈ ਹਾਂ ਸੁਖਵਿੰਦਰ ਇੱਕ ਇੱਕ ਖਬਰ ਆਈ ਹੈ ਕਿ ਸੁਪਰੀਮ ਕੋਰਟ ਦੇ ਜੱਜ ਆਨਰੇਬਲ ਜਸਟਿਸ ਰੋਹਿੰਦਨ ਨਾਰੀਮਨ ਨੇ ਸਟ੍ਰਕਚਰਸ ਪਾਸ ਕੀਤੇ ਹੈ ਅਸਲ ਚ ਇਹ ਮਾਮਲਾ ਸਾਰਾ ਹੈਗਾ ਗੋਆ ਦਾ ਗੋਆ ਦੇ ਵਿੱਚ ਲੋਕਲ ਬਾਡੀਜ਼ ਦੇ ਇਲੈਕਸ਼ਨ ਹੋਣੇ ਆ ਤੇ ਗੋਆ ਦਾ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਹੈ ਤੁਹਾਨੂੰ ਪਤਾ ਹੈ ਸਾਡੇ ਦਰਸ਼ਕਾਂ ਨੂੰ ਕਿ ਹਰ ਰਾਜ ਦਾ ਆਪਣਾ ਆਪਣਾ ਇੱਕ ਸਟੇਟ ਇਲੈਕਸ਼ਨ ਕਮਿਸ਼ਨ ਹੁੰਦਾ ਹੈ ਜਿਹੜਾ ਕਿ ਚੋਣਾਂ ਦੇ ਵਿੱਚ ਕੇਂਦਰੀ ਇਲੈਕਸ਼ਨ ਕਮਿਸ਼ਨ ਦੇ ਨਾਲ ਮਿਲ ਕੇ ਕੰਮ ਕਰਦਾ ਜਦੋਂ ਵਿਧਾਨ ਸਭਾ ਦੀਆਂ ਤੇ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਤੇ ਜਿੰਨੀਆਂ ਵੀ ਦੂਸਰੀਆਂ ਲੋਕਲ ਬਾਡੀਜ਼ ਦੀਆਂ ਇਲੈਕਸ਼ਨਸ ਹੁੰਦੀਆਂ ਉਹ ਫਿਰ ਸਟੇਟ ਇਲੈਕਸ਼ਨ ਕਮਿਸ਼ਨ ਕਰਾਂਦਾ ਹੈ ਤੇ ਹਰ ਸਟੇਟ ਇਲੈਕਸ਼ਨ ਕਮਿਸ਼ਨ ਦਾ ਇੱਕ ਚੋਣ ਕਮਿਸ਼ਨ ਜਿਹੜਾ ਕਮਿਸ਼ਨਰ ਜਿਹੜਾ ਹੈ ਉਹ ਅਪਾਇੰਟ ਕੀਤਾ ਜਾਂਦਾ ਨਾਰਮਲੀ ਕਿਸੇ ਰੈਗੂਲਰ ਆਈਏਐਸ ਅਫੀਸਰ ਨੂੰ ਜਿਹੜਾ ਹੈ ਉਹ ਲਗਾਤਾ ਜਾਂਦਾ ਹਾਲਾਂਕਿ ਮੇਰੇ ਹਿਸਾਬ ਨਾਲ ਇਹ ਵੀ ਕੋਈ ਬਹੁਤ ਵਧੀਆ ਗੱਲ ਨਹੀਂ ਹੈ ਚੋਣ ਕਮਿਸ਼ਨ ਜਿਹੜਾ ਕਮਿਸ਼ਨਰ ਹੈ ਸਟੇਟ ਦਾ ਉਹ ਵੀ ਜਿਹੜਾ ਹੈ ਕਨਸਟੀਟਿਊਸ਼ਨਲ ਪੋਸਟ ਬਣਾਈ ਜਾਣੀ ਚਾਹੀਦੀ ਹੈ ਲੇਕਿਨ ਗੋਆ ਦੇ ਵਿੱਚ ਤਾਂ ਜਿਹੜੀ ਹੈ ਇੱਕ ਜੀ ਵੀ ਹਾਲਤ ਹੋ ਗਈ ਕਿ ਉੱਥੇ ਰੈਗੂਲਰ ਚੋਣ ਕਮਿਸ਼ਨਰ ਹੀ ਨਹੀਂ ਸੀਗਾ ਤੇ ਇੱਕ ਲਾਅ ਡਿਪਾਰਟਮੈਂਟ ਦੇ ਇੱਕ ਆਫੀਸਰ ਨੂੰ ਐਡੀਸ਼ਨਲ ਚਾਰਜ ਦੇ ਦਿੱਤਾ ਗਿਆ ਵਾਧੂ ਚਾਰਜ ਦੇ ਦਿੱਤਾ ਗਿਆ ਚੋਣ ਕਮਿਸ਼ਨ ਦਾ ਉਸ ਤੋਂ ਫਿਰ ਜਿਹੜੀ ਸੁਪਰੀਮ ਕੋਰਟ ਖਫਾ ਹੋਈ ਔਰ ਜਸਟਿਸ ਰੋਹਿੰਟਨ ਨਾਰੀਮਨ ਜਿਹੜੇ ਕੇ ਮਾਨਯੋਗ ਸੁਪਰੀਮ ਕੋਰਟ ਦੇ ਜੱਜ ਹੈਗੇ ਬੜੀ ਸਾਫ ਸੁਥਰੇ ਐਕਸ ਵਾਲੇ ਜੱਜ ਹੈਗੇ ਐ ਉਹਨਾਂ ਨੇ ਫਿਰ ਸਟ੍ਰਕਚਰ ਪਾਸ ਕੀਤਾ ਕਿ ਇਮੀਡੀਏਟਲੀ ਇੱਕ ਚੌਂਕ ਕਮਿਸ਼ਨਰ ਜਿਹੜਾ ਹੈ ਉਹਨੂੰ ਅਪੁਆਇੰਟ ਕਰੋ ਜਿਹੜਾ ਕਿਸੇ ਵੀ ਆਫਿਸ ਆਫ ਪ੍ਰੋਫਿਟ ਤੇ ਹੋਰ ਜਗਾ ਨਾ ਹੋਵੇ ਔਰ ਜਿਹੜਾ ਇੰਡੀਪੈਂਡੈਂਟ ਹੋਵੇ ਔਰ ਨਾਲ ਦੀ ਨਾਲ ਜਿਹੜੇ ਹੈ ਉੱਥੇ ਜਿਹੜੇ ਸਥਾਨਿਕ ਸਰਕਾਰਾਂ ਦੇ ਜਿਹੜੇ ਇਲੈਕਸ਼ਨ ਡਿਊ ਹੈ ਗੋਆ ਦੇ ਵਿੱਚ ਉਸ ਉਹਨਾਂ ਨੂੰ ਕਰਵਾਇਆ ਜਾਵੇ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਹੈ ਇਲੈਕਸ਼ਨ ਕਮਿਸ਼ਨ ਦੇ ਉੱਤੇ ਜਨਰਲ ਟਿੱਪਣੀ ਵੀ ਕੀਤੀ ਕਿ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਨਿਰਪੱਖ ਰੋਲ ਜਿਹੜਾ ਹੈ ਚੋਣਾਂ ਦੇ ਵਿੱਚ ਉਸ ਦੇ ਉੱਤੇ ਸਵਾਲ ਕਿਉਂਕਿ ਉੱਠਦੇ ਰਹਿੰਦੇ ਆ ਗਾਹੇ-ਬਗਾਹੇ ਅਸੀਂ ਦੇਖਿਆ ਕਿ ਜਿਹੜਾ ਸਾਡਾ ਭਾਰਤ ਦਾ ਚੋਣ ਕਮਿਸ਼ਨਰ ਵੀ ਹੈ ਕਮਿਸ਼ਨ ਵੀ ਹੈ ਉਸ ਦੀ ਨਿਰਪੱਖਤਾ ਤੇ ਵੀ ਬੜੇ ਸਵਾਲ ਉੱਠੇ ਪਿਛਲੇ ਕੁਝ ਸਾਲਾਂ ਦੇ ਵਿੱਚ ਜਦੋਂ ਇਲੈਕਸ਼ਨ ਹੋਏ ਬੀਜਪੀ ਦੇ ਨਾਲ ਰਿਲੇਟਿਡ ਕੰਪਲੇਂਟਸ ਤੇ ਥੋੜਾ ਸੌਫਟ ਪੈਡਲਿੰਗ ਕੀਤੀ ਇਲੈਕਸ਼ਨ ਕਮਿਸ਼ਨ ਨੇ ਔਰ ਹੋਰ ਕਈ ਜਗ੍ਹਾ ਦੇ ਉੱਤੇ ਉਹਨਾਂ ਦਾ ਜਿਹੜਾ ਹੈ ਰੋਲ ਜਿਹੜਾ ਹੈ ਉਹ ਸਵਾਲੀਆ ਚਿੰਨ ਦੇ ਵਿੱਚ ਆਇਆ ਕਿਸ਼ ਕਰਕੇ ਜਸਟਿਸ ਰੋਹਿਨ ਨਾਰੀਮਨ ਨੇ ਜਿਹੜਾ ਹੈ ਉਹ ਬੜਾ ਅੱਛਾ ਜਿਹੜਾ ਹੈ ਇਹ ਆਬਜ਼ਰਵੇਸ਼ਨ ਦਿੱਤੀ ਹੈ ਤੋਂ ਹਾਲਾਂਕਿ ਗੋਆ ਦੇ ਸੰਦਰਭ ਚਾ ਲੇਕਿਨ ਇਸ ਨੂੰ ਸਾਰੇ ਦੀ ਸਾਰੀ ਇਲੈਕਸ਼ਨ ਕਮਿਸ਼ਨ ਦੀ ਕਾਰਗੁਜ਼ਾਰੀ ਦੇ ਸੰਦਰਭ ਚ ਹੀ ਦੇਖਿਆ ਜਾਣਾ ਚਾਹੀਦਾ ਹੈ ਔਰ ਉਮੀਦ ਕਰਦੇ ਹਾਂ ਕਿ ਇਸ ਦਾ ਭਾਰਤ ਦੇ ਚੋਣ ਕਮਿਸ਼ਨ ਤੇ ਕੋਈ ਅਸਰ ਹੋਏਗਾ ਔਰ ਜਿਹੜੀ ਨਿਰਪੱਖਤਾ ਲਈ ਕਿਸੇ ਵੇਲੇ ਭਾਰਤ ਦਾ ਚੋਣ ਕਮਿਸ਼ਨਰ ਟੀ ਐਨ ਸੇਸ਼ਨ ਵੇਲੇ ਜਾਣਿਆ ਜਾਂਦਾ ਸੀ ਜਾਂ ਬਾਅਦ ਦੇ ਵਿੱਚ ਜੀ ਵੀ ਜੀ ਕ੍ਰਿਸ਼ਨਾ ਮੂਰਤੀ ਔਰ ਬਨੋਰ ਸਿੰਘ ਗਿੱਲ ਵਰਗੇ ਸਾਡੇ ਚੋਣ ਕਮਿਸ਼ਨ ਰਹੇ ਨੇ ਜਦੋਂ ਬੜੇ ਹੀ ਨਿਰਪੱਖਤਾ ਨਾਲ ਚੋਣਾਂ ਨਿਪਟਾਈਆਂ ਗਈਆਂ ਉਹ ਜਿਹੜਾ ਇਸ ਤਰ੍ਹਾਂ ਐਸワイ ਕੁਰਾਇਸ਼ੀ ਰਹੇ ਨੇ ਬਾਅਦ ਦੇ ਵਿੱਚ ਤੋਂ ਉਹ ਜਿਹੜਾ ਇੱਕ ਗਰिमा ਸੀ ਉਹ ਜਿਹੜੀ ਇੱਕ ਰੈਪਿਊਟੇਸ਼ਨ ਸੀ ਸਾਡੇ ਚੋਣ ਕਮਿਸ਼ਨ ਦਾ ਕਿ ਬੜਾ ਅੱਛਾ ਔਰ ਬੜਾ ਮਜ਼ਬੂਤੀ ਨਾਲ ਔਰ ਬੜੀਆਂ ਵਧੀਆ ਚੋਣਾਂ ਕਿਉਂਕਿ ਭਾਰਤ ਦੀ ਚੋਣ ਜਿਹੜੀ ਹੈ ਇਲੈਕਸ਼ਨ ਹੈ ਲੋਕ ਸਭਾ ਦਾ ਖਾਸ ਤੌਰ ਤੇ ਉਹ ਦੁਨੀਆ ਦਾ ਸਭ ਤੋਂ بڑا ਇਲੈਕਸ਼ਨ ਹੁੰਦਾ ਕਿਉਂਕਿ ਸਭ ਤੋਂ ਲਾਰਜੈਸਟ ਨੰਬਰ ਆਫ ਵੋਟਰ ਸਾਡੇ ਜਿਹੜੇ ਹੈ ਡੈਮੋਕ੍ਰੇਸੀ ਦੇ ਵਿੱਚ ਉਹ ਸਾਡੇ ਹੈ ਤੋ ਬਹੁਤ ਵੱਡੇ ਵੱਡੇ ਕੰਮ ਇਲੈਕਸ਼ਨ ਕਮਿਸ਼ਨ ਨੇ ਕੀਤੇ ਲੇਕਿਨ ਅ ਅਫਸੋਸ ਇਹ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਖਾਸ ਤੌਰ ਤੇ ਜਦੋਂ ਤੋਂ ਐਨਡੀਏ ਗਵਰਨਮੈਂਟ ਹਿੰਦੁਸਤਾਨ ਦੇ ਵਿੱਚ ਆਈ ਹੈ ਤੇ ਉਸ ਨੇ ਸੰਸਥਾਵਾਂ ਨੂੰ ਖੋਰਾ ਲਾਇਆ ਸਾਰੀਆਂ ਸੰਸਥਾਵਾਂ ਨੂੰ ਜਿਹੜਾ ਹੈ ਉਹਨਾਂ ਦੀ ਜਿਹੜੀ ਆਟੋਨੋਮੀ ਹੈ ਉਹਨਾਂ ਦੀ ਜਿਹੜੀ ਸਵੈਇਤਾ ਹੈ ਉਹਦੇ ਉੱਤੇ ਜੀ ਸਵਾਲ ਉੱਠੇ ਨੇ ਚਾਹੇ ਉਹ ਈਵਨ ਸੁਪਰੀਮ ਕੋਰਟ ਦੀ ਨਿਊਟਰੈਲਿਟੀ ਦੇ ਵੀ ਸਵਾਲ ਉੱਠਦੇ ਰਹੇ ਨੇ ਇਸੇ ਤਰ੍ਹਾਂ ਇਲੈਕਸ਼ਨ ਕਮਿਸ਼ਨ ਦੀ ਵਰਕਿੰਗ ਤੇ ਵੀ ਸਵਾਲ ਉੱਠੇ ਨੇ ਪਰ ਅੱਜ ਮੈਨੂੰ ਖੁਸ਼ੀ ਹੈ ਕਿ ਜਸਟਿਸ ਰੋਹਿਤ ਨਾਰੀਮਨ ਨੇ ਇਹਨਾਂ ਵਧੀਆ ਜਿਹੜ ਤਾਂ ਤਾੜਨਾ ਦਿੱਤੀ ਹੈ ਇਲੈਕਸ਼ਨ ਕੁਝ ਇਹਦੀ ਲੋੜ ਸੀ ਇਹਦੀ ਬਹੁਤ ਲੋੜ ਸੀ ਔਰ ਉਮੀਦ ਹੈ ਕਿ ਉਸ ਦਾ ਕੋਈ ਸਮਾਂ ਤੱਕ ਸਮੇਂ ਦੇ ਉੱਪਰ ਵਕ ਵਕ ਥਾਵਾਂ ਦੇ ਉੱਪਰ ਹਮੇਸ਼ਾ ਹੀ ਚੋਣ ਕਮਿਸ਼ਨ ਦੇ ਉੱਪਰ ਸਵਾਲ ਉੱਠਦੇ ਰਹਿੰਦੇ ਸੀ ਜਿਤੇ ਰਾਜ ਸਰਕਾਰਾਂ ਹੁੰਦੀਆਂ ਸੀ ਜਾਂ ਫਿਰ ਉਥੋਂ ਦੀ ਜਿਹੜੀਆਂ ਵਿਰੋਧੀ ਪਾਰਟੀਆਂ ਸੀ ਜਾਂ ਫਿਰ ਕੇਂਦਰ ਸਰਕਾਰ ਦੀਆਂ ਵਿਰੋਧੀ ਪਾਰਟੀਆਂ ਵਕ ਵਕ ਜਗ੍ਹਾ ਦੇ ਉੱਪਰ ਵਕ ਵਕ ਕਾਰਨਾ ਦੇ ਕਰਕੇ ਚੋਣ ਕਮਿਸ਼ਨ ਤੇ ਸਰਕਾਰਾਂ ਦੇ ਇਸ਼ਾਰੇ ਤੇ ਕੰਮ ਕਰਨ ਦੇ ਇਲਜ਼ਾਮ ਜਿਹੜੀਆਂ ਲਗਾਉਂਦੀਆਂ ਰਹਿੰਦੀ ਅਸੀਂ ਹਾਂ ਇਹ ਇਹ ਮੰਦ ਭਾਗਾਂ ਜਿਆ ਟ੍ਰੈਂਡ ਚੱਲਿਆ ਹੋਇਆ ਹੈ ਪਿਛਲੇ ਕੁਝ ਸਾਲਾਂ ਤੋਂ ਤੇ ਉਮੀਦ ਹੈ ਕਿ ਇਸ ਜਿਹੜੀ ਹੈ ਸੁਪਰੀਮ ਕੋਰਟ ਦੀ ਤਾੜਨਾ ਤੋਂ ਬਾਅਦ ਇਹਦੇ ਵਿੱਚ ਸਾਨੂੰ ਕੋਈ ਸੁਧਾਰ ਨਜ਼ਰ ਆਏਗਾ ਇਸੇ ਦੀ ਉਮੀਦ ਆਪਾਂ ਕਰਦੇ ਹਾਂ ਤੋਂ ਬਾਕੀ ਜਿਹੜੀ ਕਿਉਂਕਿ ਪੰਜ ਰਾਜਾਂ ਦੇ ਵਿੱਚ ਇਲੈਕਸ਼ਨ ਡਿਊ ਹੈਗੇ ਵੈਸਟ ਬੰਗਾਲ ਦੇ ਵਿੱਚ ਡਿਊ ਹੈ ਪੌਂਡੀਚੇਰੀ ਜਾਂ ਪੁੱਡੂ ਜਿਹੜੀ ਜਿਹਨੂੰ ਅਸੀਂ ਕਹਿੰਦੇ ਹਾਂ ਉਹਦੇ ਵੀ ਡਿਊ ਹੈ ਅਸਾਮ ਚ ਡਿਊ ਹੈਗਾ ਸੋ ਇਹਨਾਂ ਚੋਣਾ ਦੇ ਵਿੱਚ ਇਲੈਕਸ਼ਨ ਕਮਿਸ਼ਨ ਦਾ ਰੋਲ ਜਿਹੜਾ ਹੈ ਨਾ ਸਟੇਟਸ ਦੇ ਵਿੱਚ ਨਜ਼ਰ ਆਏਗਾ ਉਮੀਦ ਹੈ ਕਿ ਉਹਦੇ ਵਿੱਚ ਸੁਧਾਰ ਹੋਏਗਾ ਔਰ ਜਿਹੜੀ ਕਿਸੇ ਵੇਲੇ ਇਲੈਕਸ਼ਨ ਕਮਿਸ਼ਨ ਦੀ ਵਾਪ ਜਿਹੜਾ ਰੈਪਿਊਟੇਸ਼ਨ ਸੀ ਕਿ ਨਿਰਪੱਖ ਚੋਣ ਕਮਿਸ਼ਨਰ ਕਮਿਸ਼ਨ ਹੈ ਸਾਡੇ ਦੇਸ਼ ਦਾ ਉਹ ਵਾਪਸ ਜਿਹੜੀ ਹੈ ਆਏਗੀ ਸੋ ਇਸ ਉਮੀਦ ਨਾਲ ਅਸੀਂ ਇਸ ਗੱਲ ਦੇ ਉੱਤੇ ਅ ਅੱਜ ਜਿਹੜੀ ਜਿਹੜੀ ਟਿੱਪਣੀ ਕਰ ਰਹੇ ਹਾਂ ਹੂੰ ਬਿਲਕੁਲ ਤਾਂ ਪੋਗਲ ਸਾਹਿਬ ਇੱਕ ਵਾਰ ਫਿਰ ਤੋਂ ਜਿਹੜੀ ਦੁਨੀਆ ਦੇ ਵਿੱਚ ਮਹਾਮਾਰੀ ਫੈਲੀ ਹੋਈ ਸੀ ਜੋ ਇੱਕ ਪਿਛਲੇ ਇੱਕ ਸਾਲ ਦੇ ਵਿੱਚ ਆਪਾਂ ਸਾਰਿਆਂ ਨੇ ਉਸ ਦਾ ਸੰਤਾਪ ਭੋਗਿਆ ਦੁਨੀਆ ਹੀ ਇੱਕ ਕਿਸਮ ਦੀ ਆਪਾਂ ਜੇ ਕਹਿ ਦਈਏ ਰੁਗ ਗਈ ਸੀ ਤਾਂ ਉਹੀ ਕਰੋਨਾ ਵਾਇਰਸ ਇੱਕ ਵਾਰ ਫਿਰ ਤੋਂ ਕਹਿੰਦੇ ਕਿ ਆਪਣੇ ਪੈਰ ਫਸਾਰਦਾ ਨਜ਼ਰ ਆ ਰਿਹਾ ਪੂਰੀ ਦੁਨੀਆ ਦੇ ਵਿੱਚ ਭਾਰਤ ਦੇ ਵਿੱਚ ਵੀ ਕਹਿੰਦੇ ਹੁਣ ਇਹਦੀ ਜਿਹੜੀ ਹੈ ਸਥਿਤੀ ਉਹ ਗੰਭੀਰ ਰੂਪ ਦੇ ਨਾਲ ਦੇਖੀ ਜਾ ਰਹੀ ਹੈ ਇਹ ਲਗਾਤਾਰ ਵਧਦਾ ਜਾ ਰਿਹਾ ਬੇਕਾਬੂ ਹੋਈ ਜਾ ਰਹੀ ਹੈ ਸਥਿਤੀ ਮਹੌਲ ਵਿਗੜ ਰਿਹਾ ਤਾਂ ਕਿਵੇਂ ਦੇਖਦੇ ਹੋ ਕਿ ਇੱਕ ਪਾਸੇ ਕਿਸਾਨ ਅੰਦੋਲਨ ਦੇ ਵਿੱਚ ਲੱਖਾਂ ਦੇ ਲੋਕ ਇਕੱਠੇ ਹੋਏ ਹੋਏ ਨੇ ਦੂਜੇ ਪਾਸੇ ਜਿਹੜੇ ਹੈਗੇ ਆ ਵੱਖ-ਵੱਖ ਸੂਬਿਆਂ ਦੇ ਵਿੱਚ ਚੋਣਾ ਵੀ ਨੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਉੱਥੇ ਵੱਡੇ ਆਕਾਸ਼ ਕੀਤੇ ਜਾ ਰਹੇ ਆ ਕਿਵੇਂ ਦੇਖਦੇ ਹੋ ਕਿ ਜੇਕਰ ਵਾਕਈ ਪੈਰ ਪਸਾਰਿਆ ਕਰੋਨਾ ਲਗਾਤਾਰ ਸਥਿਤੀ ਬੇਕਾਬੂ ਹੁੰਦੀ ਜਾ ਰਹੀ ਹੈ ਤਾਂ ਫਿਰ ਆਉਣ ਵਾਲੇ ਹਾਲਾਤ ਭਾਰਤ ਦੇ ਵਿੱਚ ਕਿ ਕਿਹੋ ਜਿੇ ਰਹਿਣ ਵਾਲੇ ਆ ਤਾਂ ਫਿਰ ਕੀ ਲੱਗਦਾ ਕਿ ਭਾਰਤ ਸਰਕਾਰ ਨੂੰ ਕਿਹੋ ਜਿਹਾ ਐਕਸ਼ਨ ਲੈਣੇ ਚਾਹੀਦੇ ਆ ਇਹ ਕਿਸਾਨ ਅੰਦੋਲਨ ਖਤਮ ਕਰਨ ਦੇ ਲਈ ਉਹਨਾਂ ਦੀਆਂ ਮੰਗਾਂ ਮੰਨ ਲਈਆਂ ਜਾਣੀਆਂ ਚਾਹੀਦੀਆਂ ਕਿਉਂਕਿ ਇਹ ਜਿਹੜੀ ਮਹਾਮਾਰੀ ਆ ਫੈਲ ਨਾ ਸਕੇ ਤਾਂ ਉਧਰ ਜਿਹੜੇ ਦੂਜੇ ਪਾਸੇ ਵੱਡੇ ਵੱਡੇ ਇਕੱਠ ਕੀਤੇ ਜਾ ਰਿਹਾ ਕਿ ਉਹਨਾਂ ਤੋਂ ਵੀ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ ਕਿਹੋ ਜਿਹੇ ਜਿਹੜੇ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਆ ਸੁਖਵਿੰਦਰ ਬੜੀ ਗੰਭੀਰ ਸਥਿਤੀ ਬਣੀ ਹੋਈ ਹੈ ਬੜੀ ਚਿੰਤਾਜਨਕ ਸਥਿਤੀ ਹੈ ਕੋਰੋਨਾ ਦੀ ਜਿਹੜੀ ਹੈ ਦੁਆਰਾ ਤੋਂ ਜਿਹੜਾ ਰਿਸਰਚ ਹੋ ਰਿਹਾ ਦੁਆਰਾ ਤੋਂ ਜਿਹੜਾ ਉਹਦੇ ਨੰਬਰ ਆਫ ਕੇਸਸ ਵਧੇ ਆ ਰਹੇ ਕੁਝ ਕੈਜੂਐਲਟੀਆਂ ਵੀ ਹੋਈਆਂ ਨੇ ਪੰਜਾਬ ਚ ਵੀ ਔਰ ਦੂਸਰੇ ਰਾਜਾਂ ਦੇ ਵਿੱਚ ਵੀ ਤੋਂ ਉਹਦੇ ਲਈ ਜਨਰਲੀ ਤਾਂ ਰეკਮੈਂਡੇ ਕੀਤਾ ਜਾਂਦਾ ਹੈ ਕਿ ਸੋਸ਼ਲ ਡਿਸਟੈਂਸਿੰਗ ਦੇ ਨੋਰਮਸ ਜਿਹੜੇ ਹੈ ਉਹ ਉਹਨਾਂ ਦੀ ਪਾਲਣਾ ਕੀਤੀ ਜਾਵੇ ਇਕੱਠਾ ਨਾ ਹੋਵੇ ਲੋਕ ਜਿਹੜੇ ਹੈ ਉਹ ਪਰਹੇਜ਼ ਰੱਖਣ ਮਾਸਕ ਪੈਣਨ ਔਰ ਜਿਹੜੇ ਸੈਨੀਟਾਈਜ਼ਰ ਵਗੈਰਾ ਦਾ ਯੂਜ਼ ਕਰਨ ਔਰ ਉਹਦੋਂ ਐਨਫੋਰਸ ਵੀ ਕੀਤਾ ਜਾ ਰਿਹਾ ਹੈ ਡਿਫਰੈਂਟ ਸਟੇਟਸ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੀ ਅਸੀਂ ਦੇਖਿਆ ਕਿ ਲੁਧਿਆਣੇ ਦੇ ਔਰ ਜਲੰਧਰ ਦੇ ਵਿੱਚ ਕਰਫਿਊ ਰਾਤ ਦਾ ਜਿਹੜਾ ਹੈਗਾ ਉਹ ਲਗਾਉਣਾ ਸ਼ੁਰੂ ਕਰਤਾ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨਸ ਨੇ ਕਿਉਂਕਿ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਨੰਬਰ ਆਫ ਕੇਸਸ ਵਧਨੇ ਸ਼ੁਰੂ ਹੋਏ ਸੀ ਪਰ ਸਾਡੀ ਪ੍ਰੋਬਲਮ ਇਹ ਹੈ ਕਿ ਜਦੋਂ ਇਹ ਪੋਲੀਟੀਕਲ ਐਕਟੀਵਿਟੀ ਨਾਲ ਕਿਤੇ ਜਦੋਂ ਕਿਤੇ ਰੂਲਿੰਗ ਪਾਰਟੀ ਦੀ ਪੋਲੀਟੀਕਲ ਐਕਟੀਵਿਟੀ ਹੁੰਦੀ ਹੈ ਤਾਂ ਫਿਰ ਉੱਥੇ ਸਾਰੇ ਜਿਹੜੇ ਮਾਪਦੰਡ ਤਾਕ ਤੇ ਰੱਖਤੇ ਰੱਖਦੇ ਜਾਂਦੇ ਆ ਤੋ ਇਲੈਕਸ਼ਨ ਦੇ ਵਿੱਚ ਇਹਦੀ ਕੋਈ ਕਿਸੇ ਕਿਸਮ ਦੀ ਪਰਹੇਜ਼ਗਾਰੀ ਨਹੀਂ ਹੋਏਗੀ ਉਸੇ ਤਰ੍ਹਾਂ ਚੱਲ ਜਾਈ ਜਾਏਗਾ ਇਕੱਠ ਹੁੰਦੇ ਰਹਿਣਗੇ ਹਾਂ ਕਿਸਾਨ ਅੰਦੋਲਨ ਤੇ ਉਹ ਕਹਿ ਸਕਦੇ ਆ ਕਿ ਦੇਖੀਏ ਜੀ ਕਰੋਨਾ ਫੈਲਾ ਹੋਇਆ ਹੈ ਤਾਂ ਇਨਕੋ ਨਹੀਂ ਇਕੱਠੇ ਹੋਣਾ ਚਾਹੀਏ ਸੋ ਪ੍ਰੋਬਲਮ ਇਹ ਹੈ ਕਿ ਦੋਰੇ ਮਾਪਦੰਡ ਜਿਹੜੇ ਹੈ ਸਾਡੇ ਪੋਲਿਟਿਸ਼ੀਅਨਸ ਅਡਾਪਟ ਕਰਦੇ ਆ ਤੇ ਇਹਦਾ ਤੁਸੀਂ ਗੱਲ ਕੀਤੀ ਹੈ ਕਿ ਗੰਭੀਰ ਸਥਿਤੀ ਹੈ ਠੀਕ ਹੈ ਉਸ ਤਰ੍ਹਾਂ ਦੀ ਗੰਭੀਰਤਾ ਨਹੀਂ ਜਿਸ ਤਰ੍ਹਾਂ ਪਹਿਲਾਂ ਕਿਸੇ ਵੇਲੇ ਸੀਗੀ ਕਿਉਂਕਿ ਹੁਣ ਐਟਲੀਸਟ ਸਾਡੇ ਕੋਲ ਵੈਕਸੀਨ ਅਵੇਲੇਬਲ ਹੈ ਤਾਂ ਸਾਡੀ ਸਰਕਾਰ ਜਿਹੜੀ ਹੈ ਉਹ ਕੋਸ਼ਿਸ਼ ਕਰ ਸਕਦੀ ਹੈ ਜਾਂ ਕੋਸ਼ਿਸ਼ ਹੋ ਵੀ ਰਹੀ ਹੈ ਕਿ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਜਿਹੜੀ ਹੈ ਦਿੱਤੀ ਜਾਵੇ ਇਨੋਕੂਲੇਟ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਜਿਹੜਾ ਹੈ ਇਹ ਰੋਗ ਨਾ ਫੈਲੇ ਤੋਂ ਚਿੰਤਾਜਨਕ ਤਸਤੀਤੀ ਹੈ ਔਰ ਖਾਸ ਤੌਰ ਤੇ ਪੰਜਾਬ ਦੇਖਿਆ ਗਿਆ ਕਿ ਜਦੋਂ ਦੇ ਸਕੂਲ ਦੁਆਰਾ ਤੋਂ ਖੁੱਲੇ ਹੈਗੇ ਆ ਤੇ ਸਕੂਲਾਂ ਦੇ ਵਿੱਚ ਕਾਫੀ ਕੇਸਸ ਆ ਰਹੇ ਸਕੂਲਸ ਦੇ ਵਿੱਚ ਔਰ ਟੀਚਰਸ ਦੇ ਵਿੱਚ ਤੋਂ ਜ਼ਰੂਰੀ ਹੈ ਕਿ ਉਸ ਸੈਗਮੈਂਟ ਆਫ ਪਪੂਲੇਸ਼ਨ ਨੂੰ ਟਾਰਗੇਟ ਕਰਕੇ ਉਹਨਾਂ ਦੀ ਇਨੋਕੂਲੇਸ਼ਨ ਜਿਹੜੀ ਹੈ ਕੀਤੀ ਜਾਵੇ ਉਹਨਾਂ ਦੇ ਜਿਹੜਾ ਹੈ ਵਾਇਰਸ ਜਿਹੜੇ ਵੈਕਸੀਨੇਸ਼ਨ ਉਹਨਾਂ ਦੀ ਕੀਤੀ ਜਾਵੇ ਸੋ ਇਹੀ ਇੱਕ ਤਰੀਕਾ ਹੋ ਸਕਦਾ ਹੈ ਜ਼ਿੰਦਗੀ ਥੰਮ ਹੀ ਨਹੀਂ ਜਾ ਸਕਦੀ ਰੋਕਿਆ ਨਹੀਂ ਜਾ ਸਕਦਾ ਆਲਰੇਡੀ ਜਦੋਂ ਪਹਿਲਾ ਲਾਕਡਾਊਨ ਹੋਇਆ ਸੀ ਤਾਂ ਉਹਦੇ ਬੜੇ ਜ਼ਬਰਦਸਤ ਜਿਹੜੇ ਸਿੱਟੇ ਸਮਾਜਿਕ ਔਰ ਆਰਥਿਕ ਸਿੱਟੇ ਸਾਨੂੰ ਭੁਗਤਨੇ ਪੈ ਰਹੇ ਅੱਜ ਵੀ ਭੁਗਤਨੇ ਪੈ ਰਹੇ ਹੈ ਤਾਂ ਉਸ ਉਹ ਵੀ ਕੰਮ ਨਹੀਂ ਕੀਤਾ ਜਾ ਸਕਦਾ ਸੋ ਇਹ ਤਾਂ ਜਿਹੜਾ ਹੈ ਸੈਲਫ ਡਿਸਪਲਿਨ ਜਿਹੜਾ ਹੈ ਆਤਮ ਅਨੁਸ਼ਾਸਨ ਜਿਹੜਾ ਹੈ ਉਸ ਦੇ ਰਾਹੀਂ ਹੀ ਇਸ ਨੂੰ ਕੀਤਾ ਜਾ ਸਕਦਾ ਹੈ ਪੋਲੀਟੀਸ਼ੀਅਨਸ ਤੋਂ ਤਾਂ ਤੁਸੀਂ ਬਹੁਤੀ ਉਮੀਦ ਰੱਖੋ ਨਾ ਕਿਉਂਕਿ ਉਹਨਾਂ ਨੂੰ ਜਿੱਥੇ ਲੋੜ ਹੈ ਉਹ ਸਾਰਾ ਕੁਝ ਉਸ ਤਰ੍ਹਾਂ ਦਾ ਕਰ ਲੈਂਦੇ ਆ ਦੂਜਿਆਂ ਵਾਸਤੇ ਨਸੀਹਤ ਜ਼ਰੂਰ ਦੇ ਦਿੰਦੇ ਆ ਤੁਹਾਨੂੰ ਆਪ ਧਿਆਨ ਕਰਨਾ ਪਏਗਾ ਜਾਂ ਫਿਰ ਸਰਕਾਰ ਦੀ ਜਿਹੜੀ ਹੁਣ ਕੋਸ਼ਿਸ਼ ਹੋ ਰਹੀ ਹੈ ਟੀਕਾ ਕਰਨ ਦੀ ਵੈਕਸੀਨੇਸ਼ਨ ਦੀ ਉਸ ਨੂੰ ਸਹਿਯੋਗ ਦੇ ਕੇ ਇਸ ਨੂੰ ਅਸੀਂ ਲੜ ਸਕਦੇ ਹਾਂ ਕੋਈ ਤਰੀਕਾ ਹੈ ਕਿ ਜਿਹੜੀ ਵੈਕਸੀਨ ਹੈ ਜੋ ਟੀਕਾ ਕਰਨ ਲਗਾ ਲਵਾਏ ਜਾ ਰਿਹਾ ਉਹ ਵੀ ਉਹਨਾਂ ਦੇ ਵੀ ਭਰੋਸਯੋਗਤਾ ਤੇ ਵੀ ਸਵਾਲ ਉੱਠ ਰਿਹਾ ਕਿਉਂਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਇਹ ਲਵਾਇਆ ਉਹਨਾਂ ਨੂੰ ਬਹੁਤੇ ਤਾਂ ਨਹੀਂ ਆਪਾਂ ਕਹਿ ਸਕਦੇ ਪਰ ਉਹਨਾਂ ਦੇ ਵਿੱਚੋਂ ਕੁਝ ਲੋਕ ਜਿਹੜੇ ਹੈਗੇ ਆ ਜਿਵੇਂ ਅੱਜ ਟੀਕਾ ਲਵਾਇਆ ਤਾਂ ਦੂਜੇ ਤੀਜੇ ਦਿਨ ਉਹ ਕਰੋਨਾ ਪੋਜ਼ਿਟਿਵ ਆ ਜਾਂਦੇ ਨੇ ਉਦਾਹਰਨ ਦੇ ਤੌਰ ਤੇ ਪਟਿਆਲਾ ਦੇ ਜਿਹੜੇ ਆਈਜੀ ਨੇ ਜਤਿੰਦਰ ਸਿੰਘ ਗੋਲਕ ਉਹਨਾਂ ਨੇ ਵੀ ਵੈਕਸੀਨ ਦਾ ਟੀਕਾ ਲਵਾਇਆ ਸੀ ਉਹ ਕਰੋਨਾ ਪੋਜ਼ਿਟਿਵ ਆ ਚੁੱਕੇ ਨੇ ਕਿਤੇ ਕਿਤੇ ਇਸ ਤਰ੍ਹਾਂ ਦੇ ਕੇਸਿਸ ਆਏ ਨੇ ਕਿਤੇ ਕਿਤੇ ਜਿਹੜਾ ਹੈ ਕੁਝ ਕਾਊਂਟਰ ਇੰਡੀਕੇਸ਼ਨਸ ਵੀ ਆਈਆਂ ਹਨ ਵੈਕਸੀਨੇਸ਼ਨ ਤੋਂ ਬਾਅਦ ਲੇਕਿਨ ਵੈਕਸੀਨਸ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੀ ਹੈ ਪਹਿਲਾਂ ਵੀ ਜਦੋਂ ਟੀਵੀ ਦੀ ਵੈਕਸੀਨ ਲੱਗਦੀ ਸੀ ਜਾਂ ਡੀਪੀਟੀ ਵਗੈਰਾ ਦੀ ਟ੍ਰਿਪਲ ਵੈਕਸੀਨ ਜਦੋਂ ਬੱਚਿਆਂ ਨੂੰ ਲਗਾਈ ਜਾਂਦੀ ਸੀ ਤੇ ਕਈ ਵਾਰੀ ਕੁਝ ਬੱਚਿਆਂ ਨੂੰ ਪ੍ਰੋਬਲਮਸ ਹੋ ਜਾਂਦੀਆਂ ਸੀ ਇਹ ਵੈਕਸੀਨੇਸ਼ਨ ਦੀ ਪ੍ਰੋਬਲਮ ਹੈ ਲੇਕਿਨ ਇਹ ਕੇਸਿਸ ਬਹੁਤ ਘੱਟ ਨੇ ਇਨਾਕ ਮਤਲਬ ਹੈ ਕਿ ਇਸ ਦੇ ਇਸ ਕਰਕੇ ਨਾ ਕੁਝ ਛੋਟੇ ਮੋਟੇ ਕੇਸਸ ਕਰਕੇ ਅਸੀਂ ਇਸ ਚੀਜ਼ ਨੂੰ ਛੱਡ ਨਹੀਂ ਸਕਦੇ ਵੈਕਸੀਨੇਸ਼ਨ ਦਾ ਜਿਹੜਾ ਓਵਰਆਲ ਐਡਵਾਂਟੇਜ ਹੈ ਉਹ ਕਾਫੀ بڑا ਹੈਗਾ ਸੋ ਵੀਲ ਹੈਵ ਟੂ ਲਿਵ ਵਿਦ ਥਿਸ ਕਾਈਂਡ ਆਫ ਕਾਉਂਟਰ ਇੰਡੀਕੇਸ਼ਨਸ ਥੋੜਾ ਬਹੁਤ ਇਸ ਤਰ੍ਹਾਂ ਦਾ ਚੱਲਣਾ ਹੀ ਪਏਗਾ ਤੋਂ ਲੇਕਿਨ ਵੈਕਸੀਨੇਸ਼ਨ ਦਾ ਸਾਡੇ ਕੋਲ ਹੋਰ ਆਲਟਰਨੇਟਿਵ ਵੀ ਕੋਈ ਨਹੀਂ ਸੋ ਉਹੀ ਇੱਕ ਸੌਖਾ ਔਰ ਇੱਕ ਜਿਹੜਾ ਹੈ ਆਸਾਨ ਰਸਤਾ ਹੈ ਇਸ ਬਿਮਾਰੀ ਨੂੰ ਕਾਉਂਟਰ ਕਰਨ ਦਾ ਅਪਾਰਟ ਫਰੋਮ ਸਾਡਾ ਸੈਲਫ ਡਿਸਪੀਸਪਲਨ ਜਿਹਨੂੰ ਅਸੀਂ ਸੋਸ਼ਲ ਡਿਸਟੈਂਸਿੰਗ ਜਾਂ ਮਾਸਕ ਵੇਰਾ ਲਗਾ ਕੇ ਕਰ ਲਈਏ। ਹਾਂ ਬਿਲਕੁਲ ਤਾਂ ਪੋਗਲ ਸਾਹਿਬ ਇੱਕ ਵਾਰ ਫਿਰ ਤੋਂ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਤੇ ਗੱਲਬਾਤ ਕਰਾਂਗੇ। ਅਸਲੀ ਪਿਛੇ ਕਈ ਦਿਨਾਂ ਤੋਂ ਲਗਾਤਾਰ ਨਵਜੋਤ ਸਿੰਘ ਸਿੱਧੂ ਦੀਆਂ ਗੱਲਾਂ ਬਾਤਾਂ ਕਰਦੇ ਆ ਰਹੇ ਹਾਂ। ਲਗਾਤਾਰ ਕਿ ਐਸ ਰਹੀਆਂ ਲੱਗਦੀਆਂ ਆ ਰਹੀਆਂ ਨਵਜੋਤ ਸਿੱਧੂ ਦੇ ਮਾਮਲੇ ਤੇ ਜਿਹੜਾ ਖਬਰਾਂ ਦਾ ਬਾਜ਼ਾਰ ਘਮ ਰਹਿਦਾ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਤਾਂ ਆਪਾਂ ਵੀ ਜਿਹੜਾ ਵਕ ਵਕ ਸਮੇਂ ਦੇ ਉੱਪਰ ਨਵਜੋਤ ਸਿੰਘ ਸਿੱਧੂ ਦੇ ਉੱਪਰ ਲਗਾਤਾਰ ਚਰਚਾ ਕਰਦੇ ਆ ਰਹੇ ਹਾਂ। ਹੁਣ ਨਵਜ ਖਬਰ ਸਾਹਮਣੇ ਆਈ ਹੈ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਬੰਗਾਲ ਵਿਧਾਨ ਸਭਾ ਚੋਣਾਂ ਦੇ ਲਈ ਉਹਨਾਂ ਨੂੰ ਸਟਾਰ ਪ੍ਰਚਾਰਕ ਜਿਹੜਾ ਚੁਣਿਆ ਗਿਆ ਦਿਲਚਸਪ ਗੱਲ ਇਹ ਹੈ ਕਿ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਟਾਰ ਪ੍ਰਚਾਰਕ ਚੁਣਿਆ ਗਿਆ ਕਿਵੇਂ ਦੇਖਦੇ ਹੋ ਕਿ ਨਵਜੋਤ ਸਿੰਘ ਸਿੱਧੂ ਨੂੰ ਜ਼ਿੰਮੇਵਾਰੀਆਂ ਦੇਣ ਦੀ ਇਹ ਸ਼ੁਰੂਆਤ ਹੋ ਸਕਦੀ ਹੈ ਸੁਖਵਿੰਦਰ ਮੈਂ ਦੇਖੀ ਹੈ ਇੱਕ 30 ਨਾਵਾਂ ਦੀ ਲਿਸਟ ਜਿਹੜੀ ਹੈ ਕਾਂਗਰਸ ਆਫਿਸ ਨੇ ਕੇਂਦਰੀ ਕਾਂਗਰਸ ਆਫਿਸ ਨੇ ਜਾਰੀ ਕੀਤੀ ਹੈ ਜਿਨ੍ਹਾਂ ਨੂੰ ਜਿਹੜੇ 5 ਰਾਜਾਂ 'ਚ ਚੋਣਾਂ ਹੋ ਰਹੀਆਂ ਉੱਥੇ ਪ੍ਰਚਾਰ ਵਾਸਤੇ ਭੇਜਿਆ ਜਾਏਗਾ ਉਹਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਮ ਵੀ ਹੈ ਜੈਵਿਰ ਸ਼ੇਰਗਿਲ ਦਾ ਨਾਮ ਵੀ ਹੈ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਵੀ ਹੈ ਹੋਰ ਕਈ ਨਾਮ ਨੇ ਪੰਜਾਬ ਤੋਂ ਹੈ ਜੀ ਪੰਜਾਬ ਤੋਂ ਇਹ ਤਿੰਨ ਨੇ ਜੀ ਜੀ ਐਜ਼ ਯੂਸ਼ਵਲ ਇਹਨਾਂ ਚੋਣਾਂ ਦੇ ਵਿੱਚ ਇਸ ਤਰ੍ਹਾਂ ਡਿਊਟੀਆਂ ਲੱਗਦੀਆਂ ਹੀ ਆ ਜਿਹੜੇ ਜਿਹੜੇ ਲੋਕ ਕਰਾਊਡ ਪੁੱਲਰਸ ਹੋ ਸਕਦੇ ਨੇ ਲੇਕਿਨ ਪਹਿਲਾਂ ਵੀ ਦੇਖਿਆ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਜਾਂਦੇ ਨਹੀਂ ਹੈ ਬਹੁਤ ਜ਼ਿਆਦਾ ਕਿਤੇ ਇੱਕ ਅੱਧੀ ਕੋ ਰੈਲੀ ਕਰ ਲਈ ਕੋਈ ਇਸ ਤਰ੍ਹਾਂ ਦਾ ਕੁਝ ਉਹ ਕਰ ਲੈਣਗੇ ਉਹ ਤਾਂ ਜਾਂਦੇ ਨਹੀਂ ਹੈ ਨਵਜੋਤ ਸਿੰਘ ਸਿੱਧੂ ਜਾਂਦੇ ਰਹੇ ਹੈ ਜੈਵੀਰ ਸ਼ੇਰਗਿੱਲ ਇਜ਼ ਅ ਨਿਊ ਐਂਟਰੀ ਜੈਵੀਰ ਸ਼ੇਰਗਿੱਲ ਦਾ ਫਾਦਰ ਜਿਹੜੇ ਹੈ ਉਹ ਲੈਫਟੀਨੈਂਟ ਜਨਰਲ ٹی ਐਸ ਸ਼ੇਰਗਿੱਲ ਐਡਵਾਈਜ਼ਰ ਨੇ ਕੈਪਟਨ ਅਮਰਿੰਦਰ ਸਿੰਘ ਦੇ ਤੋਂ ਹੀ ਇਸ ਆ ਯੰਗ ਲਾਇਰ ਅੱਛਾ ਬੋਲਦਾ ਹੈ ਤੋਂ ਨਵਜੋਤ ਸਿੰਘ ਸਿੱਧੂ ਦੀ ਇੱਕ ਪੋਪੁਲਾਰਿਟੀ ਹੈ ਬੀਇੰਗ ਐਨ ਐਕਸ ਕ੍ਰਿਕਟਰ ਔਰ ਇੱਕ ਜਿਹੜਾ ਹੈ ਲਾਫਟਰ ਚੈਨਲ ਦਾ ਹੋਰ ਉਹ ਸਾਰਾ ਜੋ ਕਾਮੇਡੀਅਨ ਦੇ ਤੌਰ ਦੇ ਉੱਤੇ ਉਹਨਾਂ ਦਾ ਬਣਿਆ ਹੋਇਆ ਹੈ ਜਿਹੜਾ ਨਹੀਂ ਵਕ ਵਕ ਹਿੱਸੇ ਲੇਕਿਨ ਪਿਛਲੇ ਪਿਛਲੇ ਚੋਣਾਂ ਦੇ ਵਿੱਚ ਖਾਸ ਤੌਰ ਤੇ ਬਿਹਾਰ ਇਲੈਕਸ਼ਨਸ ਦੇ ਵਿੱਚ ਵੀ ਉਹਨਾਂ ਦੀ ਡਿਊਟੀ ਲੱਗੀ ਸੀ ਹੋਰ ਵੀ ਚੋਣਾਂ 'ਚ ਡਿਊਟੀ ਲੱਗੀ ਸੀ ਇਹ ਦੇਖਿਆ ਜਾਂਦਾ ਹੈ ਕਿ ਸਿੱਧੂ ਦਾ ਜਿਹੜਾ ਉਹ ਕ੍ਰਿਸ਼ਮਾ ਹੈਗਾ ਹੌਲੀ ਹੌਲੀ ਘਟਦਾ ਚਲਾ ਜਾ ਰਿਹਾ ਹੈਗਾ ਪਿਛਲੀ ਵਾਰ ਪਿਛਲੀਆਂ ਚੋਣਾਂ ਦੇ ਵਿੱਚ ਬਹੁਤ ਜਗ੍ਹਾ ਦੇ ਉੱਤੇ ਸਿੱਧੂ ਗਏ ਲੇਕਿਨ ਉੱਥੇ ਕੋਈ ਹੱਥ ਪੱਲੇ ਕੁਝ ਨਹੀਂ ਪਿਆ ਕਾਂਗਰਸ ਪਾਰ ਇਹ ਠੀਕ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਸ਼ਖਸੀਤਾ ਹੁੰਦੀਆਂ ਨੇ ਫਿਲਮੀ ਸ਼ਖਸੀਤਾ ਜਾਂ ਸਪੋਰਟਸ ਪਰਸਨ ਜਾਂ ਜਿਹੜੇ ਇਸ ਤਰ੍ਹਾਂ ਦੇ ਸਟੇਜ ਆਰਟਿਸਟ ਹੈਗੇ ਨੇ ਉਹ ਕਰਾਊਡ ਪੁੱਲਰ ਹੁੰਦੇ ਨੇ ਲੋਕਾਂ ਨੂੰ ਇਕੱਠੇ ਕਰ ਲੈਂਦੇ ਨੇ ਲੇਕਿਨ ਲੋਕ ਪਾਰਟੀ ਦੀ ਪਰਫਾਰਮੈਂਸ ਨੂੰ ਵੀ ਦੇਖਦੇ ਹੈ ਕਿ ਇਸ ਪਾਰਟੀ ਦੀ ਲੀਡਰਸ਼ਿਪ ਦੇ ਪੱਲੇ ਕੀ ਹੈਗਾ ਔਰ ਇਸ ਪਾਰਟੀ ਦੇ ਪੋਲੀਟੀਕਲੀ ਔਰ ਸੋਸ਼ਲੀ ਕੀ ਪੱਲੇ ਹੈਗਾ ਸਾਡੇ ਵਾਸਤੇ ਇਹਨਾਂ ਦੇ ਕੋਲ ਕੀ ਪ੍ਰੋਗਰਾਮ ਹੈ ਜਾਂ ਇਹਨਾਂ ਦੀ ਕੀ ਕਾਰਗੁਜ਼ਾਰੀ ਰਹੀ ਹੈ ਤਾਂ ਐਸੀ ਇਹ ਨਹੀਂ ਕਹਿ ਸਕਦੇ ਕਿ ਸਟਾਰ ਪ੍ਰਚਾਰਕ ਜੇ ਤੁਸੀਂ ਬਹੁਤ ਵਧੀਆ ਸ਼ੁਰੂ ਲੈ ਆਓ ਤੇ ਫਿਰ ਤੁਸੀਂ ਜਿਹੜਾ ਹੈਗਾ ਉਹ ਜੋ ਮਰਜ਼ੀ ਉਹਨਾਂ ਦੇ ਲੋਕ ਉਹਨਾਂ ਨੂੰ ਵੋਟਾਂ ਪਾ ਦੇਣਗੇ ਇਸ ਤਰ੍ਹਾਂ ਨਹੀਂ ਹੁੰਦਾ। ਹੂੰ। ਦੂਜੀ ਗੱਲ ਇਹ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਇਹਨਾਂ ਨੂੰ ਕੰਮ ਕਰਨਾ ਪਏਗਾ। ਤੋਂ ਇਸ ਤਰ੍ਹਾਂ ਹੁੰਦਾ ਕਿ ਸਟੇਜ ਦੇ ਉੱਤੇ ਜਾਂਦੇ ਨੇ ਜਿਸ ਤਰ੍ਹਾਂ ਮੈਂ ਕਿਹਾ ਕਿ ਮੈਨੂੰ ਤਾਂ ਕੋਈ ਉਮੀਦ ਨਹੀਂ ਕੈਪਟਨ ਅਮਰਿੰਦਰ ਸਿੰਘ ਕੋਈ ਬਹੁਤ ਜ਼ਿਆਦਾ ਇਹਨਾਂ ਰੈਲੀਆਂ ਦੇ ਵਿੱਚ ਜਾਣਗੇ ਕਿਉਂਕਿ ਇਹ ਸਾਰੇ ਰਾਜ ਪੰਜਾਬ ਤੋਂ ਕਾਫੀ ਦੂਰ ਨੇ। ਔਰ ਉੱਥੇ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਪ੍ਰੈਜ਼ੈਂਸ ਹੈ ਮੈਨੂੰ ਨਹੀਂ ਉਸ ਦਾ ਕੋਈ ਲੱਗਦਾ। ਤੋ ਸਿੱਧੂ ਹੋ ਸਕਦਾ ਕੁਛ ਇੱਕ ਪ੍ਰੋਗਰਾਮਸ ਦੇ ਵਿੱਚ ਸਿੱਧੂ ਜਾਣ ਜਿੱਥੇ ਕਿਤੇ ਲੋੜੋਂ ਜ਼ਿਆਦਾ ਮੈਨੂੰ ਉਮੀਦ ਨਹੀਂ ਕਿ ਸਿੱਧੂ ਵੀ ਬਹੁਤ ਜ਼ਿਆਦਾ ਉੱਥੇ ਕੋਈ ਜਾਣਗੇ ਤੋ ਕਿਉਂਕਿ ਉਹ ਜਿਹੜੇ ਸਾਡੇ ਰਾਜ ਨੇ ਅਸਾਮ ਔਰ ਖਾਸ ਤੌਰ ਤੇ ਵੈਸਟ ਬੰਗਾਲ ਉੱਥੇ ਸਿੱਧੂ ਕੋਈ ਬਹੁਤ ਜ਼ਿਆਦਾ ਜਿਹੜਾ ਹੈ ਪ੍ਰਭਾਵ ਨਹੀਂ ਰੱਖਦੇ ਜਿਹੜੇ ਸਾਡੇ ਸੈਂਟਰਲ ਹਿੰਦੀ ਸਪੀਕਿੰਗ ਸਟੇਟਸ ਆ ਉੱਥੇ ਫਿਰ ਸਿੱਧੂ ਦਾ ਪ੍ਰਭਾਵ ਹੋ ਜਾਂਦਾ ਕਿਉਂਕਿ ਉੱਥੇ ਉਹੋ ਜਿਹੇ ਪ੍ਰੋਗਰਾਮਸ ਦੇਖੇ ਜਾਂਦੇ ਆ ਅਸਾਮ ਔਰ ਬੰਗਾਲ ਦੇ ਵਿੱਚ ਲੈਂਗੁਏਜ ਇਸ਼ੂ ਵੀ ਹੈ ਆਪਣੀ ਉਹਨਾਂ ਦੀ ਲੈਂਗੁਏਜ ਕਲਚਰ ਹੈਗਾ ਅਸਾਮ ਦਾ ਆਪਣਾ ਹੈਗਾ ਸੋ ਉਹਨਾਂ ਦਾ ਜਿਹੜਾ ਐਂਟਰਟੇਨਮੈਂਟ ਇੰਡਸਟਰੀ ਉਹ ਥੋੜੀ ਜਿਹੀ ਡਿਫਰੈਂਟ ਵੀ ਹੈਗੀ ਹੈ ਸੋ ਮੈਨੂੰ ਨਹੀਂ ਉੱਥੇ ਲੱਗਦਾ ਕਿ ਸਿੱਧੂ ਦਾ ਕੋਈ ਬਹੁਤ ਜ਼ਿਆਦਾ ਪ੍ਰਭਾਵ ਹੋਏਗਾ ਬਾਕੀ ਠੀਕ ਹੈ ਕਿ ਕਾਂਗਰਸ ਪਾਰਟੀ ਕੋਲ ਬਹੁਤਾ ਕੁਝ ਹੈਵੀ ਨਹੀਂ ਹੈਗਾ ਤੇ ਉਹਨਾਂ ਨੇ ਜੋ ਵੀ ਉਹਨਾਂ ਕੋਲ ਹੈਗਾ ਉਹਨਾਂ ਨੇ ਉਹਨਾਂ ਦੀਆਂ ਡਿਊਟੀਆਂ ਲਗਾ ਦਿੱ ਦੂਸਰਾ ਇਹ ਹੈ ਕਿ ਕੈਪਟਨ ਰਮਿੰਦਰ ਸਿੰਘ ਨੂੰ ਬਹਾਨਾ ਮਿਲ ਜਾਊਗਾ ਕਿ ਸਿੱਧੂ ਬਿਜ਼ੀ ਨੇ ਉਹ ਗਏ ਹੋਏ ਨੇ ਚੋਣ ਪ੍ਰਚਾਰ ਦੇ ਕਿਉਂਕਿ ਇੱਥੇ ਪ੍ਰਚਾਰ ਚੱਲ ਰਿਹਾ ਹੈਗਾ ਸਾਡੇ ਜਿਹੜਾ ਹੈਗਾ ਕਿ ਸਿੱਧੂ ਨੂੰ ਕੀ ਬਣਾਇਆ ਜਾਊਗਾ ਉਹ ਪ੍ਰਧਾਨ ਬਣਨਗੇ ਕਾਂਗਰਸ ਦੇ ਪੰਜਾਬ ਕਾਂਗਰਸ ਦੇ ਜਾਂ ਮਨਿਸਟਰ ਬਣਨਗੇ ਜਾਂ ਉਪ ਮੁੱਖ ਮੰਤਰੀ ਬਣਨਗੇ ਤਾਂ ਕੁਝ ਦਿਨ ਹੋਰ ਇਸ ਤਰੀਕੇ ਨਾਲ ਨਿਕਲ ਜਾਣਗੇ ਔਰ ਅਲਟੀਮੇਟਲੀ ਕਿਉਂਕਿ ਸਪਸ਼ਟ ਗੱਲ ਹੈ ਕਿ ਸਿੱਧੂ ਦਾ ਪ੍ਰੈਸ਼ਰ ਕਾਂਗਰਸ ਹਾਈ ਕਮਾਂਡ ਤੋਂ ਪਾਇਆ ਜਾ ਰਿਹਾ ਹੈ ਕਿ ਇਸ ਨੂੰ ਸਿੱਧੂ ਨੂੰ ਕੋਈ ਅਹੁਦਾ ਦੇ ਕੇ ਪੰਜਾਬ ਕਾਂਗਰਸ ਦੇ ਵਿੱਚ ਜਿਹੜਾ ਹੈ ਰੀਹੈਬਿਲੀਟੇਟ ਕੀਤਾ ਜਾਏ ਲੇਕਿਨ ਕੈਪਟਨ ਅਮਰਿੰਦਰ ਸਿੰਘ ਦੀ ਕੋਈ ਇਸ ਤਰ੍ਹਾਂ ਦੀ ਮਨਸ਼ਾ ਨਹੀਂ ਹੈ ਘਟੋ ਘਟ ਜੇ ਉਹਨਾਂ ਦੀ ਆਪਣੀ ਚੱਲੀ ਔਰ ਜਿਹੜੀ ਚੱਲ ਰਹੀ ਹੈ ਇਹ ਇਹ ਕਹਿ ਚੁੱਕੇ ਨੇ ਕਿ ਕੈਪਟਨ ਦੀ ਪਹਿਲੀ ਪਸੰਦ ਨਵਜੋਤ ਸਿੰਘ ਸਿੱਧੂ ਨੂੰ ਸਿਰਫ ਕੈਬਨਟ ਮੰਤਰੀ ਦੇਖਣੀ ਹੈ ਹਾਂ ਬਿਲਕੁਲ ਉਹ ਉਹਨਾਂ ਨੂੰ ਕੋਈ ਜਿਹੜਾ ਹੈ ਇਸ ਤਰ੍ਹਾਂ ਦਾ ਰੋਲ ਨਹੀਂ ਦੇਣਾ ਚਾਹੁੰਦੇ ਕਿਉਂਕਿ ਉਹ ਸਾਰੀ ਖੇਡ ਆਪਣੇ ਹੱਥਾਂ 'ਚ ਰੱਖਣੀ ਚਾਹੁੰਦੇ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਹਾਲਾਤ ਇਸ ਤਰ੍ਹਾਂ ਦੇ ਨਹੀਂ ਕਿ ਕਾਂਗਰਸ ਦੀ ਬਹੁਤ ਮਾੜੀ ਕਾਰਗੁਜ਼ਾਰੀ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਇਸ ਵੇਲੇ ਕਾਂਗਰਸ ਨੂੰ ਇਲੈਕਟੋਰਲ ਐਜ ਹੈਗਾ ਚੋਣਵੀ ਰਣਨੀਤੀ ਚ ਕਾਂਗਰਸ ਜਿਹੜੀ ਹੈ ਹਾਲਾਤਾਂ ਕਰਕੇ ਜਿਹੜੀ ਹੈ ਆਪਣੀ ਕਾਰਗੁਜ਼ਾਰੀ ਕਰਕੇ ਨਹੀਂ ਆਪਣੀ ਕਾਰਗੁਜ਼ਾਰੀ ਤਾਂ ਉਹਨਾਂ ਦੀ ਬਹੁਤ ਮਾੜੀ ਰਹੀ ਹੈ ਲੇਕਿਨ ਰਾਜਨੀਤਿਕ ਸਮੀਕਰਨ ਇਸ ਤਰ੍ਹਾਂ ਦੇ ਬਣੇ ਹੋਏ ਆ ਕਿ ਕਾਂਗਰਸ ਨੂੰ ਐਡਵਾਂਟੇਜ ਹੈ ਇਸ ਕਰਕੇ ਕੈਪਟਨ ਰਮਿੰਦਰ ਸਿੰਘ ਜਿਹੜਾ ਹੈ ਉਹ ਆਪਣੀ ਸੈਕੰਡ ਟਰਮ ਐਸ ਚੀਫ ਮਿਨਿਸਟਰ ਦੇ ਸੁਪਨੇ ਲੈਣ ਲੱਗ ਗਿਆ ਹੈ ਤੇ ਇਸ ਕਰਕੇ ਉਹ ਕਦੇ ਵੀ ਨਹੀਂ ਚਾਹੂਗਾ ਕਿ ਕੋਈ ਇਸ ਤਰ੍ਹਾਂ ਦਾ ਵਿਅਕਤੀ ਜਿਹੜਾ ਹੈ ਅੱਗੇ ਆਵੇ ਜਿਹੜਾ ਉਹਦੀ ਲੀਡਰਸ਼ਿਪ ਨੂੰ ਪੰਜਾਬ ਕਾਂਗਰਸ ਦੇ ਵਿੱਚ ਚੈਲੰਜ ਕਰ ਸਕੇ ਔਰ ਇਕੋ ਇੱਕ ਚੈਲੰਜ ਜਿਹੜਾ ਹੈ ਉਹ ਨਵਜੋਤ ਸਿੰਘ ਸਿੱਧੂ ਵੱਲੋਂ ਹੋ ਸਕਦਾ ਹੈ ਤੇ ਕੈਪਟਨ ਰਮਿੰਦਰ ਸਿੰਘ ਬਿਲਕੁਲ ਮੂਡਸ ਨਹੀਂ ਹੈ ਉਸ ਤਰ੍ਹਾਂ ਦਾ ਕੋਈ ਮੌਕਾ ਜਿਹੜਾ ਹੈ ਨਵਜੋਤ ਸਿੰਘ ਸਿੱਧੂ ਨੂੰ ਦੇਣ ਤੇ ਸੋ ਇਸ ਕਰਕੇ ਸਿੱਧੂ ਨੂੰ ਚਨਾਵ ਪ੍ਰਚਾਰਕ ਲਾਤਾ ਜਾਵੇ ਸਟਾਰ ਪ੍ਰਚਾਰਕ ਲਾਤਾ ਜਾਵੇ ਚਲੇ ਜਾਣਗੇ ਸਿੱਧੂ ਉੱਥੇ ਜਾ ਕੇ ਵੀ ਉਹਨਾਂ ਦਾ ਜਿਹੜਾ ਹੈ ਕੋਈ ਬਹੁਤ ਜ਼ਿਆਦਾ ਮੈਨੂੰ ਇਫੈਕਟ ਨਹੀਂ ਨਜ਼ਰ ਆਉਂਦਾ ਸੋ ਰੂਟੀਨ ਦੇ ਵਿੱਚ ਇੱਕ ਚੀਜ਼ ਆਈ ਹੈਗੀ ਹੈ ਇਹਦੇ ਤੋਂ ਕੁਝ ਬਹੁਤਾ ਕੁਝ ਨਹੀਂ ਸਾਨੂੰ ਇਹਦੇ ਤੋਂ ਲੱਭਣਾ ਚਾਹੀਦਾ ਨਾਥਿੰਗ ਇਜ਼ ਸੀਰੀਅਸ ਅਬਾਊਟ ਇਟ ਇਟ ਇਜ਼ ਜਸਟ ਸਮ ਅਨਦਰ ਜਿਹੜੀ ਹੈ ਉਹਨਾਂ ਦੀ ਇੱਕ ਜਿਹੜੀ ਹੈ ਰਾਜਨੀਤਿਕ ਡਿਊਟੀ ਲੱਗੀ ਹੈ ਪਹਿਲਾਂ ਵੀ ਲੱਗਦੀ ਰਹੀ ਹੈ ਕੋਈ ਖਾਸ ਵੱਡੀ ਗੱਲ ਨਹੀਂ ਹੈ ਕੋਈ ਖਾਸ ਖਬਰ ਨੂੰ ਆਪਾਂ ਇਹ ਨਹੀਂ ਦੇ ਸਕਦੇ ਆਪਾਂ ਇਹ ਸੋਚ ਨਹੀਂ ਸਕਦੇ ਕਿ ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਵਿੱਚ ਜਾਂ ਸੈਂਟਰ ਦੇ ਵਿੱਚ ਕੋਈ ਵੱਡੀ ਜ਼ਿੰਮੇਵਾਰੀ ਜੇਕਰ ਸੋਚ ਸਕਦੀ ਹੈ ਕਾਂਗਰਸ ਵਾਲੀ ਕਮਾਂਡ ਦੇ ਬਾਅਦ ਹਨੇ ਕਾਂਗਰਸ ਇਹ ਸੁਣਨਾ ਚਾਇਆ ਸੀ ਕਿ ਕਾਂਗਰਸ ਹਾਈ ਕਮਾਂਡ ਜਿਹੜੀ ਹੈ ਉਹ ਸਿੱਧੂ ਨੂੰ ਕੇਂਦਰ ਜਿਹੜਾ ਹੈ ਸੀਵੀਸੀ ਕਾਂਗਰਸ ਵਰਕਿੰਗ ਕਮੇਟੀ ਜਾਂ ਜਿਹੜੀ ਕੇਂਦਰੀ ਕਾਂਗਰਸ ਦੇ ਜਿਹੜੇ ਆਫਿਸ ਬੀਅਰਰਸ ਹੈ ਉੱਥੇ ਕੋਈ ਅਹੁਦਾ ਦੇ ਦੇਵੇ ਲੇਕਿਨ ਸਿੱਧੂ ਇੰਟਰਸਟਿਡ ਹੈ ਗਿਆ ਕਿ ਪੰਜਾਬ ਦੇ ਵਿੱਚ ਹੀ ਉਹਨਾਂ ਨੂੰ ਇਸ ਤਰੀਕੇ ਨਾਲ ਲਿਆਂਦਾ ਜਾਵੇ ਕਿ ਉਹ ਕੈਪਟਨ ਅਮਰਿੰਦਰ ਸਿੰਘ ਦਾ ਬਦਲ ਦੇ ਤੌਰ ਦੇ ਉੱਤੇ ਉਭਰ ਸਕ ਉੱਭਰ ਸਕਣ ਚਾਹੇ ਹੁਣ ਜਾਂ ਥੋੜੀ ਦੇਰ ਬਾਅਦ ਸੋ ਨਵਜੋਤ ਸਿੱਧੂ ਦਾ ਜਿਹੜਾ ਫੋਕਸ ਹੈ ਉਹ ਬਿਲਕੁਲ ਪੰਜਾਬ ਚ ਹੈ ਸਨਵਜੋਤ ਸਿੰਘ ਸਿੱਧੂ ਪੰਜਾਬ ਪੰਜਾਬ ਤੋਂ ਬਾਹਰ ਜਾਣਾ ਹੀ ਨਹੀਂ ਚਾਹੁੰਦੇ ਯਾਦ ਹੋਏਗਾ ਸਾਡੇ ਦਰਸ਼ਕਾਂ ਨੂੰ ਜਦੋਂ ਨਵਜੋਤ ਸਿੰਘ ਸਿੱਧੂ ਭਾਜਪੀ ਚ ਸੀਗੇ ਤੇ ਜਦੋਂ ਉਹਨਾਂ ਨੂੰ ਕਾਂਗਰਸ ਅੰਮ੍ਰਿਤਸਰ ਤੋਂ ਉਹਨਾਂ ਨੂੰ ਟਿਕਟ ਉਹਨਾਂ ਨੂੰ ਨਹੀਂ ਦਿੱਤੀ ਗਈ ਸੀ ਔਰ ਜਿਹੜੇ ਹੈ ਜੈਟੀ ਨੂੰ ਟਿਕਟ ਦੇ ਦਿੱਤੀ ਗਈ ਸੀਗੀ ਔਰ ਉਹਨਾਂ ਨੂੰ ਸਿੱਧੂ ਨੂੰ ਕਿਹਾ ਗਿਆ ਸੀ ਕਿ ਪੰਜਾਬ ਤੋਂ ਬਾਹਰ ਇਲੈਕਸ਼ਨ ਲੜਨ ਤਾਂ ਉਹਨਾਂ ਨੇ ਇਲੈਕਸ਼ਨ ਲੜਨ ਤੋਂ ਇਨਕਾਰ ਕਰ ਦਿੱਤਾ ਸੀ ਔਰ ਉਸੇ ਗੱਲ ਦੇ ਉੱਤੇ ਫਿਰ ਬਾਅਦ ਚੋ ਬੀਜੇਪੀ ਛੱਡ ਕੇ ਵੀ ਬਾਹਰ ਆ ਚੁੱਕੇ ਸੀਗੇ ਆ ਗਏ ਸੀਗੇ ਤਾਂ ਸਿੱਧੂ ਪੰਜਾਬ ਦੀ ਰਾਜਨੀਤੀ ਦੇ ਵਿੱਚ ਆਪਣਾ ਰੋਲ ਦੇਖਦੇ ਆ ਬਾਰ-ਬਾਰ ਦੇਖਦੇ ਆ ਲੇਕਿਨ ਅਨਫੋਰਚੂਨੇਟਲੀ ਉਹਨਾਂ ਨੂੰ ਮੌਕਾ ਨਹੀਂ ਮਿਲ ਰਿਹਾ ਔਰ ਜਿਸ ਤਰ੍ਹਾਂ ਮੈਂ ਬਾਰ-ਬਾਰ ਕਹਿੰਦਾ ਰਿਹਾ ਅੱਜ ਫਿਰ ਦੁਹਰਾਉਂਗਾ ਕਿ ਸਿੱਧੂ ਦੀ ਸਭ ਤੋਂ ਵੱਡੀ ਕਮਜ਼ੋਰੀ ਪੰਜਾਬ ਦੇ ਵਿੱਚ ਇਹ ਰਹੀ ਹੈ ਕਿ ਉਹ ਪੰਜਾਬ ਕਾਂਗਰਸ ਦੇ ਵਿੱਚ ਆਪਣਾ ਧੜਾ ਹੀ ਨਹੀਂ ਬਣਾ ਰਹੇ ਉਹ ਪੰਜਾਬ ਦੇ ਜਿਹੜੇ ਅਸੰਤੁਸ਼ਟ ਲੋਕ ਨੇ ਹੋਰ ਕਾਂਗਰਸੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਤੋਂ ਖੁਸ਼ ਨਹੀਂ ਹੈ ਉਹਨਾਂ ਵੱਲ ਹੱਥ ਹੀ ਨਹੀਂ ਵਧਾ ਸਕੇ ਉਹਨਾਂ ਨੂੰ ਜਾ ਕੇ ਮਿਲਦੇ ਹੀ ਨਹੀਂ ਜਾ ਕੇ ਕੋਈ ਇਸ ਤਰ੍ਹਾਂ ਦਾ ਇੱਕ ਫਰੰਟ ਹੀ ਨਹੀਂ ਬਣਾ ਰਹੇ ਤੋਂ ਬਸ ਇੱਕੋ ਇੱਕ ਚੀਜ਼ ਉਹ ਦੇਖ ਰਹੇ ਹੈ ਕਿ ਕਿਸੇ ਤਰੀਕੇ ਨਾਲ ਕੇਂਦਰ ਦੀ ਜਿਹੜੀ ਕਾਂਗਰਸ ਲੀਡਰਸ਼ਿਪ ਹੈ ਉਹਦੇ ਕਹਿਣ ਦੇ ਉੱਤੇ ਉਹਨਾਂ ਨੂੰ ਜਿਹੜਾ ਹੈ ਲੀਡਰਸ਼ਿਪ ਦਾ ਰੋਲ ਦੇਵੇ ਜਿਹੜਾ ਕਿ ਅੱਜ ਦੀ ਘੜੀ ਕਾਫੀ ਮੁਸ਼ਕਲ ਲੱਗ ਰਿਹਾ ਹੈਗਾ ਸੋ ਸਿੱਧੂ ਦੀ ਜਿਹੜੀ ਹੈ बार-बार ਅਸੀਂ ਗੱਲ ਕਰਦੇ ਹਾਂ ਲੋਕ ਵੀ ਹੁਣ ਪੁੱਛਣ ਲੱਗ ਗਏ ਕਿ ਤੁਸੀਂ ਸਿੱਧੂ ਤੇ ਚਰਚਾ ਕਰਦੇ ਹੋ ਲੇਕਿਨ ਸਿੱਧੂ ਹਜੇ ਵੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਥੋੜਾ ਬਹੁਤਾ ਰੈਲੇਵੈਂਸ ਉਹਨਾਂ ਦੀ ਹੈਗੀ ਹੈ ਸੋ ਚਰਚਾ ਕਰਨੀ ਸਾਡੀ ਬੰਦੀ ਹੈ ਤੋ ਫਿਰ ਹਾਲ ਸਿੱਧੂ ਦਾ ਕੋਈ ਇਸ ਤਰ੍ਹਾਂ ਦਾ ਪਵਿੱਖ ਜਿੱਦਾਂ ਦਾ ਉਹ ਸੋਚਦੇ ਆ ਉਸ ਸੰਬੰਧੀ ਕੋਈ ਵੀ ਇਸ ਤਰ੍ਹਾਂ ਦੀ ਡਿਵੈਲਪਮੈਂਟ ਸਾਨੂੰ ਨਜ਼ਰ ਨਹੀਂ ਆ ਰਹੀ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਵਿਚਾਰ ਚਰਚਾ ਕੀਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਤੁਹਾਡਾ ਔਰ ਲੋਕਨਾਥ ਟੀਵੀ ਦੇ ਦਰ за